ਸਭਾ ਕ੍ਰਿਸ਼ਨ ਕੁਮਾਰ ਗੋਇਲ ਮੈਂ ਆਪਣੇ ਵੱਲੋਂ ਇਸ ਦਿਵਾਲੀ ਵਿਸ਼ਕਰਮਾ ਦੇ ਅਤੇ ਬੰਦੀ ਛੋੜ ਦੇ ਟਾਈਮ 'ਤੇ ਮੈਂ ਸਾਰਿਆਂ ਦੇਸ਼ ਵਾਸੀਆਂ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਅਤੇ ਮੈਂ ਪਰਮਾਤਮਾ ਬਾਰੇ ਇਹ ਵੀ ਬੇਨਤੀ ਕਰਦਾ ਹਾਂ ਕਿ ਇਹ ਸਾਰਾ ਜਿਹੜਾ ਤਿਉਹਾਰ ਨੇ ਖੁਸ਼ੀਆਂ ਭਰਿਆ ਸਭ ਲਈ ਖੁਸ਼ੀਆਂ ਭਰਿਆ ਹੋਵੇ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਕਿਸਾਨਾਂ ਵਾਸਤੇ ਵੀ ਮੈਂ ਬਹੁਤ ਜ਼ਿਆਦਾ ਅਪੀਲ ਕਰਦਾ ਵੀ ਗੌਰਮੈਂਟ ਨੂੰ ਗੱਲ ਮੰਨ ਕੇ ਕਿਸਾਨਾਂ ਦੀ ਸਾਰਿਆਂ ਦੇ ਮਤਲਬ ਇਹ ਸਾਡੇ ਹੱਕ 'ਚ ਨੇ ਕਿਸਾਨ ਵੀਰਾਂ ਦਾ ਇਹ ਮਸਲਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਮੈਂ ਕਰਵਾ ਸਭਾ ਵੱਲੋਂ ਆਪਣੇ ਵੱਲੋਂ ਅਤੇ ਨਗਰ ਨਿਵਾਸੀਆਂ ਨੂੰ ਸਭ ਨੂੰ ਭੁਲਾਈ ਦਿੰਦਾ ਦਿਵਾਲੀ ਦੀ ਬੰਦੀ ਛੋਟ ਦੀ ਅਤੇ ਵਿਸ਼ਕਰਮਾ ਦੀ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਲੈ ਕੇ ਆਵੇ ਸਭ ਨੂੰ ਤੰਦਰੁਸਤੀ ਬਖਸ਼ੇ ਭਗਵਾਨ ਸਾਰਿਆਂ ਨੂੰ ਬੜੀ ਮਿਹਨਤ ਚੜ੍ਹਦੀ ਕਲਾ 'ਚ ਰੱਖੇ ਅਤੇ ਆਉਣ ਵਾਲਾ ਸਮਾਂ ਜਿਹੜਾ ਆਉਣ ਵਾਲਾ ਸਾਲ ਹੈ ਸਾਰੇ ਵਾਸਤੇ ਉਹ ਵੀ ਬਹੁਤ ਵਧੀਆ ਕਿਉਂਕਿ ਕੋਈ ਹਰ ਇੱਕ ਨੇ ਤਾਂ ਬਹੁਤ ਦਿੱਕਤਾਂ ਕੀਤੀਆਂ ਬਹੁਤ ਕਰੋਨਾ ਦੀ ਮਹਾਂਮਾਰੀ ਨਾਲ ਸਾਨੂੰ ਪ੍ਰੋਬਲਮ ਆਈ ਜਿਹਦੇ 'ਚ ਮੈਂ ਵੀ 5-6-7 ਮਹੀਨੇ ਦਾ ਫੈਕਟ ਰਿਹਾ ਜੀ 2 ਮਹੀਨੇ ਮੈਨੂੰ ਦਿੱਲੀ ਵੀ ਲੱਗੇ ਸੋ ਇਸ ਕਰਕੇ ਮਤਲਬ ਸਾਰਾ ਵਧੀਆ ਸਾਲ ਆਵੇ 2022 ਦਾ ਅਤੇ ਖੁਸ਼ੀਆਂ ਭਰਿਆ ਆਵੇ ਅਤੇ ਤਿਉਹਾਰਾਂ ਦੇ ਵਿੱਚ ਸਭ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਦੇ